बोले सो निहाल सास्रिया काल रिकॉर्ड दे विच नाम आया जी ते इंटरनेशनल दे विच भी हुण आ जाएगा ओदी भी साडी फॉर्म है असीं भरते लिमका बुक दे भी भरते ते गिनीज च भी सानूं छेती रिप्लाई आ जाऊगा क्योंकि असीं माउंट एवरेस्ट बेस कैंप 5364 मीटर 17598 फिट की उचाई ते जाके मार्शल आर्ट गतके का जो प्रदर्शन किया ते गतके नूं प्रमोट किया एक्सपीरियंस बहुत वधिया सी जी बहुत कुछ सीखने मिलिया असी 5 दिन ट्रैकिंग की जिद दो दिन रैसट से 3 दिन असी लगातार तुरे तो 75 to 80 किलोमीटर तुरे असी तो असी 5 टीम प्लेयर सके तो साढ़े एक गाइड से गुरप्रीत सिंह सिद्धू जो फरीदकोट तो ने सुभाव एवं बनया जी साडा वीरा प्रभचरण सिंह जो टीम लीडर सगा उन्हों का आइडिया कि असी गतके इंटरनेशनल लैवल पर प्रमोट करना है तो फिर उन्होंने खोज की कि इंटरनेशनल जो जगावान ने प्लेसिस ने जिन्हें बारे लोगों को पता आ तो फिर एवरेस्ट बेस कैंप है जो माउंट एवरेस्ट दुनिया की सब तो उच्ची चोटी है जो पहले नंबर पर आती है तो असी बेस कैंप से ही जाके एक इतिहास रचने बारे सोचा कि गतके असी उत्थे जाके प्रमोट करा असी उत्थे टोटल 7-8 दिन लग गए जी साढ़े असी गतके 5 मैंबर सी जी हाँ जी ऑक्सीजन आप जिमें जिमें हाइट पर जाई जावे उमें आप कमी महसूस होने लग जाएगी बॉडी सिकनैस होएगी होम सिकनैस होएगी तो दूजी गल सिर दुख लग जूगा होर भी स्टमक प्रॉब्लम्स आ जाएगियाँ क्योंकि जो ऑक्सीजन लैवल है जो बहुत घट आ तो असी पहले दिन 25 किलोमीटर का ट्रैक किया बिना रुके तो खाण पीने भी उत्तर बहुत औखा है रोटी वगैरह नहीं मिलती तो लाइट चीज़ा ही मिलदिया ने अपन ਤਾਂ ਕਰਕੇ ਤੁਸੀਂ ਸਰਵਾਈਵ ਕਰਨਾ ਬਹੁਤ ਔਖਾ ਕੀ ਹੈ ਮੈਂ ਜ਼ਿੰਦਗੀ ਦਾ ਜ਼ਿੰਦਗੀ ਦਾ ਡਾਊਨ ਜ਼ਿੰਦਗੀ ਦਾ ਹੁਣ ਇਹ ਮੈਂ ਕਿ ਮਤਲਬ ਕਿ ਅਸੀਂ ਗਤਕੇ ਨੂੰ ਹੀ ਪ੍ਰਮੋਟ ਕਰਾਂਗੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਸਾਰੀਆਂ ਗੇਮਸ ਨੇ ਜੋ ਜੋ ਗਤਕਾ ਆ ਉਹ ਸਾਡੀ ਅਸਲ ਸ਼ਸਤਰ ਵਿੱਦਿਆ ਸਾਡੇ ਪੰਥ ਦੀ ਗੇਮ ਆ ਉਹ ਤਾਂ ਕਰਕੇ ਸਾਨੂੰ ਇਹਨਾਂ ਕਿ ਅਸੀਂ ਸ਼ਸਤਰ ਵਿੱਦਿਆ ਨੂੰ ਹੀ ਪ੍ਰਮੋਟ ਕਰਨਾ ਹੈ ਅਤੇ ਇਸ ਤੋਂ ਵੀ ਉੱਚੇ ਲੈਵਲ 'ਤੇ ਜਾ ਕੇ ਪ੍ਰਮੋਟ ਕਰਾਂਗੇ ਕਿੰਨੀ ਉਮਰ ਹੈ ਤੁਹਾਡੀ 20 ਸਾਲ ਉਮਰ ਹੈ ਜੀ ਮੇਰੀ ਕਿੱਥੋਂ ਤੁਸੀਂ ਗਤਕੇ ਦੀ ਟ੍ਰੇਨਿੰਗ ਕਿੱਥੋਂ ਲਈ ਹੈ ਟ੍ਰੇਨਿੰਗ ਅਸੀਂ ਪਟਿਆਲੇ ਤੋਂ ਲਿੱਤੀ ਹੈ ਜੀ ਗਤਕੇ ਦੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਜੀ ਸ਼ੁਰੂ ਤੋਂ ਅਸੀਂ ਉੱਥੇ ਪ੍ਰੈਕਟਿਸ ਕਰਦੇ ਹਾਂ ਅਤੇ ਬਟ ਫਿਰ ਮੈਂ ਮੋਗੇ ਤੋਂ ਵੀ ਟ੍ਰੇਨਿੰਗ ਕੀਤੀ ਹੈ ਜੀ ਜਗਦੀਪ ਸਿੰਘ ਕੋਚ ਤੋਂ ਹਾਂਜੀ ਕੀ ਨਾਮ ਹੈ ਤੁਹਾਡਾ ਜਸ਼ਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਵਿੱਚ ਗਤਕੇ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ ਇੱਕ ਮਾਰਸ਼ਲ ਆਰਟ ਹੈ ਇਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਤਨ ਚੀਜ਼ਾਂ ਦੇਖ ਕੇ ਇਹ ਸ਼ੁਰੂ ਕੀਤੀ ਦੁਆਰਾ ਜਿਹੜੇ ਵੱਖਰੇ ਵੱਖ ਕਾਲਜਿਸ ਵਿੱਚ ਕੰਪੀਟੀਸ਼ਨ ਵਿੱਚ ਅੱਜ ਭਾਰਤ ਸਰਕਾਰ ਨੇ ਵੀ ਇਹਨੂੰ ਨਵੀਆਂ ਜਿਹੜੀ ਖੇਡ ਦਿੱਤੀ ਆ ਉਹਦੇ ਵਿੱਚ ਸ਼ਾਮਿਲ ਕਰ ਲਿਆ ਔਰ ਮੈਂ ਸਮਝਦਾ ਵੀ ਅੱਜ ਬੱਚੇ ਐਵਰੈਸਟ 'ਤੇ ਗਏ ਆ ਬੇਸ ਕੈਂਪ 'ਚ ਜਾ ਕੇ 10 ਬੱਚਿਆਂ ਨੇ ਜਿਸ 'ਚ ਜਸ਼ਨਦੀਪ ਵੀ ਸ਼ਾਮਿਲ ਸੀ ਇਹਨਾਂ ਨੇ ਵਿੱਚੋਂ 5 ਜਣਿਆਂ ਨੇ ਬੇਸ ਕੈਂਪ 'ਚ ਜਾ ਕੇ ਉੱਥੇ ਗਤਕੇ ਦਾ ਜਿਹੜਾ ਖੇਡ ਹੈ ਉਹ ਕੀਤਾ ਉੱਥੇ ਬੜੀ ਸ਼ਲਾਘਾਯੋਗ ਗੱਲ ਹੈ ਕਿਉਂਕਿ ਆਕਸੀਜਨ ਦੀ ਘਾਟ ਵਾਤਾਵਰਨ ਉਹੋ ਜਿਹਾ ਠੰਡਾ ਨੰਗੇ ਪੈਰੀ ਇਹ ਜਿਹੜੀ ਆਰਟ ਹੈ ਨੰਗੇ ਪੈਰੀ ਖੇਡਣਾ ਪੈਂਦਾ ਪੱਥਰਾਂ ਦੇ ਵਿੱਚ ਉਸ ਹਿਸਾਬ ਨਾਲ ਮੈਂ ਸਮਝਿਆ ਵੀ ਇਹ ਸਿੱਖ ਨੌਜਵਾਨ ਜਿਨ੍ਹਾਂ ਨੇ ਪੂਰਾ ਬਾਣਾ ਪਾਇਆ ਹੋਇਆ ਔਰ ਬਾਣਾਧਾਰੀ ਨੇ ਅੰਮ੍ਰਿਤਧਾਰੀ ਨੇ ਔਰ ਇਹਨਾਂ ਨੇ ਪਰੰਪਰਾ ਦੇਖ ਕੇ ਮਨ ਨੂੰ ਖੁਸ਼ੀ ਆਉਂਦੀ ਹੈ ਔਰ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਇਹ ਹੋਰ ਵੀ ਅੱਗੇ ਚੰਗੇ ਕਦਮ ਨੇ ਜਿਹੜੇ ਇੱਦਾਂ ਦੇ ਹੋਰ ਜਿਹੜੀਆਂ ਉਚਾਈਆਂ ਨੇ ਕਿਉਂਕਿ ਇਹਨਾਂ ਦਾ ਅੱਜ ਨਾਂ ਜਿਹੜਾ ਉਹ ਗਿਨੀਸ ਬੁੱਕ ਰਿਕਾਰਡ 'ਚ ਕੋਕੋ ਕੋਲਾ ਜਿਹੜੀ ਰਿਕਾਰਡ ਹੈ ਉਹਦੇ ਵਿੱਚ ਇੱਧਰ ਕਈ ਚੀਜ਼ਾਂ ਦੇ ਵਿੱਚ ਇਹ ਨਾਂ ਇਹਨਾਂ ਦਾ ਸ਼ਾਮਿਲ ਹੋਇਆ ਮੈਂ ਬੱਚਿਆਂ ਨੂੰ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੱਖ ਲੱਖ ਵਧਾਈ ਦਿੰਦਾ